बेरोजगार ईटीटी टेट पास अध्यापक यूनियन के कारकुनों वालों पटियाला के लीला भवन चौंक विच कुछ चिर सड़क जाम लगाउण मगरों मुख्यमंत्री कैप्टन अमरिंदर सिंह की रिहायश न्यू मोतीबाग पैलेस वल रोस मार्च किया गया। इस प्रदर्शन दौरान बेरोजगार कारकुनों ने अत की गर्मी विच अपनियां कमीजा उतार के नंगे धड़ रोजगार प्राप्ति की मांग की थी। इस तो बाद जदों बेरोजगार अध्यापक मार्च करते हुए YPS चौंक पुजे तो भारी पुलिस बल लगा के उन्होंने रोकया गया। इस मौके सूबा प्रधान दीपक कंबोज आदि ने कहा कि टावर से बैठा सुरेंद्रपाल गुरदासपुर की शरीरक हालत बहुत ही नाजुक हो चुकी है, पर प्रशासन और पंजाब सरकार कुंभकर्णी नींद सुती पई है। इस मौके आगू ने कहा कि सुरेंद्रपाल जो भी जानी माली नुकसान होगा उसकी जिम्मेवार पंजाब सरकार ते पटियाला प्रशासन होगा। चुनिया खिंचा गई गुत्तों तो फड़ के भी जो खिंचा गया और साडा साथी सुरेंद्रपाल लगातार जिहड़ा 99 दिनों तो टावर के उपर जो बैठा हुआ कल 98 दिन के जो उसकी तबीयत है जी ਖਰਾਬ ਹੋ ਗਈ। ਜਿਹੜਾ ਉਹਦਾ ਸ਼ੂਗਰ ਲੈਵਲ ਹੈ ਉਹ 40% 'ਤੇ ਆ ਕੇ ਡਿੱਗ ਗਿਆ, ਜਿਹਦੇ ਨਾਲ ਕਿ ਕਾਫੀ ਜ਼ਿਆਦਾ ਸਾਥੀ ਨੂੰ ਘਬਰਾਹਟ ਹੋਣ ਲੱਗ ਗਈ ਔਰ ਜਿਹੜਾ ਉਹਦਾ ਸਰੀਰ ਹੈ ਉਹ ਦੁਖਣ ਜਿਹੜਾ ਲੱਗ ਗਿਆ। ਅੱਜ ਸਰਕਾਰ ਇਸ ਚੀਜ਼ ਦਾ ਇੰਤਜ਼ਾਰ ਕਰ ਲਈ ਹੈ ਕਿਉਂਕਿ ਅੱਜ 99 ਦਿਨ ਵਿੱਚ ਵੀ ਸਾਡੀ ਕੋਈ ਸਾਰ ਨਹੀਂ ਕਰ ਲਏਗੀ। ਸਰਕਾਰ ਇਸ ਚੀਜ਼ ਦੀ ਜਿਹੜੀ ਵੇਟ ਕਰ ਰਹੀ ਹੈ ਕੋਈ ਦੁਰਘਟਨਾ ਘਟੇ ਜਿਹੜਾ ਸਾਥੀ ਹੈ ਉਹ ਜਿਹੜਾ ਇਸ ਦੁਨੀਆ ਤੋਂ ਜਾਵੇ ਰੁਖਸਤ ਹੋਵੇ ਤਾਂ ਫਿਰ ਜਿਹੜੀ ਉਹਦੀ ਸਾਰ ਹੈ ਜਿਹੜੀ ਉਹ ਲਈ ਜਾਵੇ ਔਰ ਫਿਰ ਜਿਹੜਾ ਉਹਦੇ ਪਰਿਵਾਰਕ ਮੈਂਬਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੀ ਨੌਕਰੀ ਹੈ ਉਹਦੇ ਪਰਿਵਾਰਕ ਮੈਂਬਰ। ਲੇਕਿਨ ਅਸੀਂ ਇੱਦਾਂ ਨਹੀਂ ਹੋਣ ਦੇਵਾਂਗੇ। ਰੁਜ਼ਗਾਰ ਜਿਹੜਾ ਜਿਹਦੇ ਜੀ ਜਿਹੜਾ ਅਸੀਂ ਮੰਗਣਾ ਮੰਗ ਰਹੇ ਹਾਂ ਸਾਨੂੰ ਜਿਹੜਾ ਰੁਜ਼ਗਾਰ ਹੈ ਉਹ ਮੁਹੱਈਆ ਕਰਾਇਆ ਜਾਵੇ, ਜਿਹਦੇ 'ਚ ਜਿੰਨੀਆਂ ਵੀ ਮੰਗਾਂ ਨੇ ਜਿਹੜੀਆਂ ਇਹਨਾਂ ਦੇ ਟੇਬਲ ਦੇ ਉੱਪਰ ਮੰਗ ਪੱਤਰ ਦੇ ਕੇ 4.5 ਸਾਲਾਂ ਤੋਂ ਥੱਕੇ ਇਹਨਾਂ ਦੇ ਟੇਬਲ ਦੇ ਉੱਪਰ ਪਈਆਂ ਨੇ ਕਿ ਜਿਹੜੀ 9000 ਭਰਤੀ ਹੈ ETT ਨੂੰ ਪ੍ਰੈਫਰੈਂਸ ਦੇ ਕੇ ਉਹ ਦਿੱਤੀ ਜਾਵੇ, 2364 ਪੋਸਟਾਂ ਜਿਹੜੇ ਪ੍ਰੈਫਰੈਂਸ ਦੇ ਆਧਾਰ 'ਤੇ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਇਹ ਹਰ ਵਾਰ ਸਾਨੂੰ ਮੀਟਿੰਗ ਦੇ ਵਿੱਚ ਕਹਿੰਦੇ ਨੇ ਕਿ ਜਿਹੜੀਆਂ 2364 ਪੋਸਟਾਂ ਨੇ ਉਹ ਜਿਹੜੀਆਂ ਕੋਰਟ ਦੇ ਵਿੱਚ ਨੇ, ਜੇ ਉਹ ਕੋਰਟ ਦੇ ਵਿੱਚ ਨੇ ਤਾਂ ਦੂਜੀ ਮੰਗ ਸਾਡੀ 10000 ਪੋਸਟ ਦੀ ਹੈ, 10 ਤੋਂ 12000 ਪੋਸਟ ਦੀ ETT ਨੂੰ ਪ੍ਰੈਫਰੈਂਸ ਦੇ ਆਧਾਰ 'ਤੇ ਦਿੱਤੀ ਹੈ, ਫਿਰ ਉਹ ਦੇ ਦਿਓ। ਦੂਜੀ ਮੰਗ ਤਾਂ ਸਾਡੀ ਪੂਰੀ ਕਰ ਦਿਓ, ਕੋਰਟ ਦੇ ਵਿੱਚ ਤਾਂ ਉਹ ਹੈਗੀ ਹੈ। ਦੂਜੀ ਗੱਲ ਕਿ ਉਹ ਬੰਦਾ ਸਾਡਾ ਸਿਲੈਕਟਡ ਕੈਂਡੀਡੇਟ ਹੈ ਕਿਉਂਕਿ 47-15 ਲੈ ਕੇ ਜਿਹੜੇ ਕੱਚੇ ਅਧਿਆਪਕ ਨੇ 62 ਨੰਬਰਾਂ 'ਤੇ ਮੈਰਿਟ ਕਰੀ SC ਭਾਈਚਾਰੇ ਦੀ, ਔਰ ਉਹ ਬੰਦਾ ਜਿਹੜਾ 52 ਨੰਬਰ ਨੇ ਉਹ ਸਾਥੀ ਦੇ, ਅਗਰ ਉਹ 10 ਨੰਬਰ ਉਹ ਕਟਿੰਦੇ ਨੇ BEd ਬਾਹਰ ਹੁੰਦੀ ਹੈ ਅਤੇ 2364 ਪੋਸਟਾਂ ਦੇ ਵਿੱਚ ਆਰਾਮ ਨਾਲ ਨੰਬਰ ਆਉਂਦੇ ਸਾਥੀ ਦੇ। ਸਾਥੀ ਦੀ ਮੰਗ ਕੀ ਹੈ? ਮੰਗ ਇਹ ਹੈ ਕਿ 2364 ਪੋਸਟਾਂ ਦੇ ਪ੍ਰੈਫਰੈਂਸ ਦੇ ਕੇ ਉਹਨੂੰ ਭਰਤੀ ਹੈ ਜਿਹੜਾ ਉਹ ਕੀਤਾ ਜਾਵੇ, 8-10000 ਪੋਸਟ ਹੈ ਜਿਹੜੀ ਪ੍ਰੈਫਰੈਂਸ ਦੇ ਆਧਾਰ 'ਤੇ ਉਹ ਦਿੱਤੀ ਜਾਵੇ। ਜਿਹੜੀ ਇਹ ਕਹਿੰਦੇ ਨੇ ਪੋਸਟਾਂ ਨੇ ਜਿਹੜਾ ਕੋਰਟ ਦੇ ਵਿੱਚ ਨੇ ਜੇ ਉਹਨੂੰ ਛੱਡ ਵੀ ਦਈਏ ਤਾਂ 8-10000 ਭਰਤੀ ਜਿਹੜੀ ਪ੍ਰੈਫਰੈਂਸ ਦੇ ਆਧਾਰ 'ਤੇ ETT ਨੂੰ ਦਿੱਤੀ ਜਾਵੇ। ਇਹਨਾਂ ਮੰਗਾਂ ਦੇ ਉੱਤੇ ਲਗਾਤਾਰ ਸਾਥੀ ਦੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।